ਦਵਿੰਦਰ ਸਿੰਘ ਸਿੱਖਾ ਦਾ ਨਾਵਲ ਪੌ ਫੁੱਟਾਲਾ ਦਾ ਪਹਿਲਾ ਅੰਕ ਚਾਚਾ ਅੱਜ ਤੂੰ ਕੁਛ ਢਿੱਲਾ ਜਿਹਾ ਹੀ ਫਿਰਦਾ ਹੈ ਚੇਤੂ ਆਪਣੀ ਦਾਤੀ ਦੇ ਦੰਦਿਆਂ ਤੇ ਉਂਗਲ ਫੇਰਦਾ ਬੋਲਿਆ ਮਖ ਤੂੰ ਕਿਵੇਂ ਜਾ ਚ ਲਿਆ ਕੰਮ ਤਾਂ ਤੇਰੇ ਨਾਲੋਂ ਘੱਟ ਨਹੀਂ ਨਿਬੇੜਿਆ ਚਾਰੂ ਦਾ ਚੱਲਦਾ ਹੱਥ ਰੁਕ ਗਿਆ ਮੈਨੂੰ ਲੱਗਦਾ ਮਖਿਆ ਮਾਵਾ ਪੋਰਾ ਵੱਧ ਛੱਕ ਲੈਂਦਾ ਚੇਤੂ ਨੇ ਆਪਣਾ ਪੂਰਾ ਮੂੰਹ ਖੋਲ ਕੇ ਵਾਸੇ ਲਈ ਕਮਜਾਤੇ ਸਿੱਧਾ ਕਿਉਂ ਨਹੀਂ ਮਰਦਾ ਇਉਂ ਆਖ ਤਬੀ ਮੈਨੂੰ ਤੋੜ ਲੱਗੀ ਐ ਚਾਰੂ ਦੀ ਗੱਲ ਸੁਣ ਕੇ ਕਣਕ ਵੱਢਦੇ ਬਾਕੀ ਕੰਮੇ ਵੀ ਹੱਸ ਪਏ ਸਰਦਾਰ ਜਸਵੰਤ ਸਿੰਘ ਪਿੰਡ ਦਾ ਜ਼ਿਮੀਂਦਾਰ ਸੀ ਤੇ ਚਾਰੂ ਉਹ ਤਾਂ ਪੱਕਾ ਕੰਮੀ ਕਣਕਾਂ ਦੀਆਂ ਵਾਢੀਆਂ ਸ਼ੁਰੂ ਹੋਣ ਨਾਲ ਉਹਦੇ ਖੇਤਾਂ 'ਚ ਹੋਰ ਦਿਹਾੜੀਏ ਰਲ ਜਾਂਦੇ ਸਨ ਚਾਰੂ ਸਾਰਿਆਂ ਲਈ ਮਨੋਰੰਜਨ ਦਾ ਸਾਧਨ ਸੀ ਉਹ ਚਟਪਟੀਆਂ ਗੱਲਾਂ ਤੇ ਟੱਪਿਆਂ ਨਾਲ ਕੰਮਿਆਂ ਦਾ ਦਿਲ ਲਾਈ ਰੱਖਦਾ ਪੂਰਾ ਪੂਰਾ ਮਾਵਾ ਵੰਡਣ ਵਿੱਚ ਵੀ ਉਹ ਸੰਕੋਚ ਨਹੀਂ ਸੀ ਕਰਦਾ ਚਾਚਾ ਚਾਰੂਆ ਤੂੰ ਤਾਂ ਆਪ ਸਿਆਣਾ ਚੇਤੂ ਨੇ ਤਾਂ ਧੰਨਵਾਦ ਵਰਗੇ ਸ਼ਬਦ ਮੂੰਹੋਂ ਕੱਢੇ ਕੋਈ ਨਹੀਂ ਮਰਨਾ ਚਾਹ ਆਉਂਦੀ ਹੋਊ ਲੈ ਲਈ ਪੂਰਾ ਮੱਖ ਚਾਹ ਤੂੰ ਚਾਹ ਨੂੰ ਕਿਹੜਾ ਡੀਕੂ ਨਾਲੇ ਇਹ ਕਿਹੜਾ ਚਾਹ ਤੋਂ ਬਿਨਾ ਸੰਗ ਛੱਡਦੀ ਐ ਚੇਤੂ ਦੇ ਸੁੱਕੇ ਬੁੱਲ ਮੁਸਕਰਾ ਉੱਠੇ ਉਹ ਟੇਢੀ ਨਜ਼ਰੇ ਚਾਰੂਵਾਲ ਵੇਖੀ ਜਾ ਰਿਹਾ ਸੀ ਚਾਰੂ ਆਪਣੇ ਕੰਮ 'ਚ ਮਸਤ ਰਿਹਾ ਚੇਤੂ ਲਈ ਇੱਕ ਪਲ ਅਸਹਿ ਹੁੰਦਾ ਜਾ ਰਿਹਾ ਸੀ ਚਾਚਾ ਕਰਲਾ ਤਰਸ ਸਾਡੇ ਤੇ ਚੇਤੂ ਨੇ ਤਰਲਾ ਮਾਰਿਆ ਤੇਰੀ ਜਾਨ ਕਿਉਂ ਨਿਕਲਦੀ ਐ ਲੈ ਫੜ ਚਾਰੂ ਆਪਣੀ ਤਿੰਨ ਕ ਗੱਜ ਰਹਿ ਚੁੱਕੀ ਮੈਲੀ ਪੱਗ ਦੇ ਲੜੇ ਹੀਠੋਂ ਫੀਮ ਕੱਢਦਾ ਬੋਲਿਆ ਇਹ ਫੀਮ ਬਾੜੀਆਂ ਦੇ ਦਿਨਾਂ 'ਚ ਉਹਨੂੰ ਸਰਪੰਚ ਵੱਲੋਂ ਮਿਲ ਜਾਇਆ ਕਰਦੀ ਸੀ ਕੋਈ ਹੋਰ ਵੀ ਹੈਗਾ ਸ਼ੌਂਕੀ ਕਿ ਨਹੀਂ ਚਾਰੂ ਜ਼ਰਾ ਉੱਚੀ ਆਵਾਜ਼ 'ਚ ਬੋਲਿਆ ਕਿਉਂ ਚਾਚਾ ਅਸੀਂ ਮਤੇਈਦੇ ਕੋਲੋਂ ਮੰਗਲੂ ਵੀ ਬੋਲ ਉੱਠਿਆ ਸਾ ਲੈ ਓਏ ਚਾਰੂ ਕਿਸੇ ਨਾਲ ਵਿਤਕਰਾ ਨਹੀਂ ਕਰਦਾ ਹੁੰਦਾ ਭਜਨਾ ਵੀ ਆਪਣੀ ਹਾਜ਼ਰੀ ਲਵਾ ਗਿਆ ਮਾਖਾ ਤੁਸੀਂ ਸਾਰੇ ਹੀ ਲੈ ਲਓ ਅਖੇ ਬਗਾਨੀ ਮੱਝ ਦਾ ਦੁੱਧ ਬਹੁਤ ਤਾਂ ਸਵਾਦ ਹੁੰਦਾ ਚਾਰੂ ਦੀ ਆਵਾਜ਼ 'ਚ ਜੋਸ਼ ਤੇ ਨਾ ਜੋਸ਼ ਦਾ ਨਾਂ ਨਿਸ਼ਾਨ ਵੀ ਨਹੀਂ ਸੀ ਚਾਚਾ ਹੂੰ ਤੇਰੇ ਕਿਹੜਾ ਪੌਂਡ ਖਰਚਿਆ ਇਸ ਤੇ ਚੇਤੂ ਦੀ ਟਕੋਰ ਨੇ ਸਾਰਿਆਂ ਦਾ ਫਿੱਕਾ ਜਿਹਾ ਹੱਸਾ ਕੱਢਤਾ ਚਲੋ ਹੁਣ ਕੰਮ ਕਰੋ ਸਾਰੇ ਦੱਬ ਕੇ ਚਾਰੂ ਸਾਰਿਆਂ ਦਾ ਹਾਸਾ ਵਿੱਚ ਹੀ ਪੀ ਗਿਆ ਚਾਚਾ ਕੰਮ ਨੂੰ ਅਸੀਂ ਕੰਡ ਨਹੀਂ ਵਿਖਾਉਂਦੇ ਅਸੀਂ ਵੀ ਸਵਾਏ ਦੇ ਡਿਉੜੇ ਦੇਣ ਜਾਣਦੇ ਹ ਚੇਤੂ ਨੇ ਕਟੀਆਂ ਮੁੱਛਾਂ ਤੇ ਉਂਗਲ ਲਾਈ ਸਾਰਿਆਂ ਦੇ ਚਿਹਰਿਆਂ ਤੇ ਪਹਿਲਾਂ ਨਾਲੋਂ ਦੁਨੀਆ ਰੌਣਕਾਂ ਆ ਗਈਆਂ ਸਾਰਿਆਂ ਦੇ ਹੱਥ ਤੇਜ਼ੀ ਨਾਲ ਚੱਲਣ ਲੱਗੇ ਚਾਚਾ ਕੱਢ ਫੇਰ ਰਵਾਜ ਤੇ ਲਾ ਦੇ ਰੌਣਕਾਂ ਚੇਤੂ ਨੇ ਫਰਮਾਇਸ਼ ਕੀਤੀ ਚਾਚਾ ਅਜ ਜਾਗੋ ਸੁਣਾ ਤੇਰੇ ਮੂੰਹੋਂ ਫੱਬਦੀ ਹੈ ਕੋਲੋਂ ਭਜਣਾ ਵੀ ਹਾਮੀ ਭਰ ਗਿਆ। ਉਹ ਹੁਣ ਤਾਂ ਆਪਾਂ ਵੀ ਕੰਡੇ 'ਚ ਹੋਏ ਆਂ ਜੋ ਮਰਜ਼ੀ ਕਰਾ ਲੂ। ਚਾਰੂ ਵੀ ਲੋਰ 'ਚ ਆ ਗਿਆ। ਚੱਲ ਫਿਰ ਕਾਰ ਸ਼ੁਰੂ। ਅਸੀਂ ਮਗਰ ਬੋਲਾਂਗੇ। ਚੇਤੂ ਨੇ ਬੁੱਲਾਂ ਤੇ ਜੀਭ ਫੇਰੀ। ਕੁਛ ਦਿਨ ਚੁੱਪਛਾਈ ਰਹੀ। ਚਾਰੂ ਨੇ ਹੌਲੀ ਜਿਹੀ ਆਵਾਜ਼ ਕੱਢੀ। ਜੱਟਾ ਜਾਗ ਬਈ ਹੁਣ ਜਾਗੋ ਆਈਆ। ਆਹੋ ਬਈ ਹੁਣ ਜਾਗੋ ਆਈਆ। ਇਹ ਤੁਕ ਸਾਰਿਆਂ ਨੇ ਬੋਲੀ ਪਰ ਬਹੁਤ ਹੌਲੀ ਆਵਾਜ਼ 'ਚ। ਬੋਲਣ ਚ ਇੱਕ ਸੁਰਤਾ ਵੀ ਨਹੀਂ ਸੀ ਉਹ ਉੱਚੀ ਮਰੋਹਣ ਮੰਦਿਰ ਕਿੰਨੀ ਇਕੱਠੀ ਹੋਈ ਆ ਤੇ ਬੋਲਦੇ ਦੇ ਜਿਵੇਂ ਖੂਹ ਚ ਖੜੇ ਹੋਣ ਉੱਚੀ ਬੋਲੇ ਹੁਣ ਸਾਰੇ ਜੱਟਾ ਜਾਗ ਬਈ ਹੁਣ ਜਾਗੋ ਆਈਆ ਸ਼ਾਵਾ ਬਈ ਹੁਣ ਜਾਗੋ ਆਈਆ ਪਿੰਗਾ ਪਾਲ ਲੈ ਪਿਆਰ ਵਧਾਲ ਲੈ ਆਈ ਨੂੰ ਗੱਲ ਨਾਲ ਲਾਲ ਲੈ ਬਈ ਹੁਣ ਜਾਗੋ ਆਈਆ ਸਾਰੇ ਨਸ਼ੇ ਨਾਲ ਨਿਹਾਲ ਹੋਏ ਆਵਾਜ਼ਾਂ ਕੱਢ ਰਹੀ ਸੀ ਜੇ ਤੂੰ ਕੁਝ ਜ਼ਿਆਦਾ ਹੀ ਮਸਤ ਹੋ ਗਿਆ ਉਹਨੇ ਚਾਰੂ ਦੇ ਬੋਲਣ ਤੋਂ ਪਹਿਲਾਂ ਹੀ ਕਹਿਣਾ ਸ਼ੁਰੂ ਕਰਤਾ ਮੰਗਲੂ ਆ ਜਾ ਭਜਨੇ ਆ ਜਾ ਜੋਰੂ ਨੂੰ ਸੰਗ ਲਿਆਈ ਬਈ ਹੁਣ ਜਾਗੋ ਆਈਆ ਸਾਰੇ ਖਿੜਖਿੜ ਕਰ ਉਠੇ ਚੇਤੂ ਨੇ ਭਜਨੇ ਵਾਲ ਨਿਗਾਹ ਛੁੱਟੀ ਕਰਲਾ ਪੁੱਤਰਾ ਮੁਖਾਲ ਤੂੰ ਹੀ ਕਰਨੇ ਆ ਤੇਰੇ ਧੀਆਂ ਪੁੱਤਾਂ ਨੇ ਤਾਂ ਨਹੀਂ ਕਰਨੇ ਭਜਨੇ ਨੇ ਮੋੜਵਾਂ ਜਵਾਬ ਦਿੱਤਾ ਹੱਸਦਿਆਂ ਹਸਾਉਂਦਿਆਂ ਉਹਨਾਂ ਨੇ ਸਾਰਾ ਦਿਨ ਬਤੀਤ ਕਰਤਾ ਸ਼ਾਮ ਵੇਲੇ ਆਪਣੇ ਥਕੇਵੇਂ ਨੂੰ ਹਾਸੇ 'ਚ ਲੁਕਾਉਂਦੇ ਸਾਰੇ ਆਪੋ ਆਪਣੀ ਘਰੀ ਤੁਰ ਪਏ ਚਾਰੂ ਆਪਣੇ ਘਰ ਜਾਣ ਤੋਂ ਪਹਿਲਾਂ ਸਰਦਾਰ ਦੀ ਹਵੇਲੀ ਵੱਲ ਗਿਆ ਇਹ ਉਹਦਾ ਨਿਤਨੇਮ ਸੀ ਸਾਰੀ ਦਿਹਾੜੀ ਦੇ ਹੋਏ ਕੰਮ ਬਾਰੇ ਸਰਦਾਰ ਨੂੰ ਸੂਚਨਾ ਦੇਣੀ ਉਹਦੇ ਜਿੰਮੇ ਸੀ ਅੱਜ ਸਰਦਾਰ ਸ਼ਹਿਰ ਗਿਆ ਹੋਇਆ ਸੀ ਜਿਸ ਕਾਰਨ ਚਾਰੂ ਛੇਤੀ ਹਵੇਲੀੋਂ ਨਿਕਲ ਕੇ ਆਪਣੇ ਘਰ ਵੱਲ ਤੁਰ ਪਿਆ ਚਾਰੂ ਪਿੰਡ ਦਾ ਗਰੀਬ ਤੇ ਅਨਪੜ੍ਹ ਵਿਅਕਤੀ ਸੀ ਉਹਦੀ ਉਮਰ 40 ਤੋਂ ਘੱਟ ਹੀ ਸੀ ਪਰ ਦੇਖਣ ਨੂੰ 50 ਤੋਂ ਵੀ ਵੱਧਾ ਲੱਗਦਾ ਸੀ ਜਾਤ ਦਾ ਮਜਬੀ ਸੀ ਉਨੇ ਆਪਣੇ ਜੀਵਨ ਚ ਗਰੀਬੀ ਵੇਖੀ ਸੀ ਦੁਨੀਆ ਨਹੀਂ ਉਹਦੇ ਅੱਧੋ ਰਾਣੇ ਕੱਪੜੇ ਵੀ ਉਹਦਾ ਸਾਥ ਛੱਡ ਰਹੇ ਜਪਦੇ ਸਨ ਉਹਨੇ ਨਵਾਂ ਕੱਪੜਾ ਸਿਰਫ ਆਪਣੇ ਵਿਆਹ ਵੇਲੇ ਪਾਇਆ ਸੀ ਜੋ ਵੀ ਸਰਦਾਰਾਂ ਦੇ ਘਰੋਂ ਮਿਲ ਜਾਂਦਾ ਉਹ ਹੰਡਾ ਲੈਂਦਾ ਉਹ ਸਰਦਾਰਾਂ ਦਾ ਹਰ ਕੰਮ ਕਰਦਾ ਜਿਸ ਬਦਲੇ ਸਾਲ ਭਰ ਖਾਣ ਪੀਣ ਨੂੰ ਮਿਲ ਜਾਂਦਾ ਸੀ ਚਾਰੂ ਦਾ ਅਸਲੀ ਨਾਮ ਤਾਂ ਕੋਈ ਨਹੀਂ ਸੀ ਜਾਣਦਾ ਪਰ ਉਹਦਾ ਨਾਮ ਚਾਰੂ ਕਿਵੇਂ ਪਿਆ ਇਸ ਪਿੱਛੇ ਵੀ ਬੜੀ ਦਿਲਚਸਪ ਕਹਾਣੀ ਹੈ ਬਚਪਨ ਤੋਂ ਕੋਈ ਕੰਮ ਨਹੀਂ ਸੀ ਕਰਦਾ। ਵੇਲਾ ਫਿਰਨਾ ਉਹਦੀ ਆਦਤ ਬਣ ਚੁੱਕੀ ਸੀ। ਉਹਦਾ ਬਾਪ ਰੋਜ਼ ਉਹਨੂੰ ਕਿਸੇ ਕੰਮ ਧੰਦੇ ਲੱਗਣ ਲਈ ਕਹਿੰਦਾ। ਪਰ ਉਹ ਕੰਮ ਤੇ ਜੀ ਨਹੀਂ ਸੀ ਲਾ ਸਕਦਾ। ਰੋਜ਼-ਰੋਜ਼ ਦੇ ਕਲੇਸ਼ ਤੋਂ ਤੰਗ ਆ ਕੇ ਉਹਨੇ ਕੰਮ ਕਰਨ ਬਾਰੇ ਸੋਚਿਆ। ਇਹ ਕੰਮ ਸੀ ਬੱਕਰੀਆਂ ਚਾਰਨ ਦਾ। ਨਾਲੇ ਵੇਲੇ ਰਹੋ ਤੇ ਨਾਲੇ ਦੁੱਧ ਪੀਓ। ਉਹਨੇ ਆਪਣੇ ਬਾਪ ਨੂੰ ਕਹਿ ਦਿੱਤਾ ਵੀ ਉਹ ਬੱਕਰੀਆਂ ਚਾਰੇਗਾ। ਪਰ ਬੱਕਰੀਆਂ ਆਉਣ ਕਿੱਥੋਂ? ਆਖਰ ਬਾਪ ਨੇ ਸੋਚ-ਵਿਚਾਰ ਪਿੱਛੋਂ ਕਿਸੇ ਤਰ੍ਹਾਂ ਇੱਕ ਬੱਕਰੀ ਉਹਨੂੰ ਖਰੀਦ ਦਿੱਤੀ। ਉਸ ਸਵੇਰੀ ਬੱਕਰੀ ਨੂੰ ਲੈ ਕੇ ਬਾਹਰ ਚਲਾ ਗਿਆ ਬੱਕਰੀ ਨੂੰ ਛੱਡ ਕੇ ਆਪ ਛੱਪੜ ਚ ਮੱਛੀਆਂ ਫੜਨ ਬੈਠ ਗਿਆ ਮੱਛੀਆਂ ਫੜਨ ਚ ਇਹੋ ਜਿਹਾ ਰੁੱਝਿਆ ਵੀ ਬੱਕਰੀ ਦਾ ਖਿਆਲ ਹੀ ਨਾ ਰਿਆ ਸ਼ਾਮ ਵੇਲੇ ਆਸੇ ਪਾਸੇ ਵੇਖਿਆ ਪਰ ਬੱਕਰੀ ਨਾ ਦੇਸੀ ਆਉਣ ਜਾਣ ਵਾਲੇ ਤੋਂ ਪੁੱਛ ਗਿਛ ਵੀ ਕੀਤੀ ਪਰ ਬੱਕਰੀ ਤਾਂ ਜਿਵੇਂ ਲੋਪ ਹੋ ਗਈ ਹੋਵੇ ਸ਼ਾਮ ਨੂੰ ਰੋਂਦਾ ਘਰ ਮੁੜਿਆ ਆਉਂਦੇ ਨੂੰ ਪਿਓ ਨੇ ਛੇਤਰ ਲਾ ਲਿਆ ਗਲੀ ਚ ਲੰਘਣ ਵਾਲਾ ਗੱਲ ਪੁੱਛੇ ਤਾਂ ਉਹਦਾ ਮੱਲੋ ਮੱਲੀ ਹਾਸਾ ਨਿਕਲ ਜਾਏ ਬਾਪ ਬੋਲੀ ਜਾਇਆ ਕਿ ਇਹ ਦੇਖੋ ਵੱਡਾ ਚਾਰੂ ਅਖੇ ਮੈਂ ਬੱਕਰੀਆਂ ਚਾਰਿਆ ਕਰੂੰ ਇੱਕੋ ਨਹੀਂ ਸੰਭੀ ਗਈ ਪਤਾ ਨਹੀਂ ਕਿੱਥੇ ਭਜਾਤੀ ਇਹ ਵੱਡਾ ਚਾਰੂ ਬੱਕਰੀ ਤਾਂ ਲੱਭ ਗਈ ਪਰ ਉਹਦਾ ਨਾਂ ਹੈ ਜਿਆ ਚਾਰੂ ਪੱਕਿਆ ਕਿ ਲੋਕ ਕਿ ਉਹਦਾ ਅਸਲੀ ਨਾਮ ਭੁੱਲ ਗਏ ਪਿਓ ਸਰਦਾਰਾਂ ਦੇ ਕੰਮ ਕਰਦਾ ਸੀ ਅਖੇ ਵੇਲ ਨਾਲੋਂ ਵਗਾਰ ਭਲੀ ਸੋਹਣੇ ਚਾਰੂ ਨੂੰ ਆਪਣੇ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ ਚਾਰੂ ਦੇ ਵਿਆਹ ਦਾ ਫਿਕਰ ਵੀ ਹੋਇਆ ਪਰ ਰਿਸ਼ਤਾ ਕਿਸੇ ਪਾਸਿਓਂ ਨਹੀਂ ਸੀ ਆ ਰਿਹਾ ਉਸ 17 ਸਾਲ ਦਾ ਹੋ ਚੁੱਕਿਆ ਸੀ ਵੇੜੇ ਦੇ ਲੋਕ ਉਹਨੂੰ ਕਦੇ ਕਦਾਂ ਹੀ ਛੜਾ ਕਹਿ ਜਾਂਦੇ ਮਾਪੇ ਨੇ ਵਿਆਹ ਬਾਰੇ ਸੋਚਣਾ ਬੰਦ ਕਰ ਦਿੱਤਾ ਚਾਰੂ ਨੇ ਵਿਆਹ ਅਸਲਾਤੀ ਪਰ ਉਹ ਦਿਲਚਰ ਅਰਦਾਸਾਂ ਰੋਜ਼ ਹੀ ਕਰਦਾ ਰਹਿੰਦਾ ਸ਼ਾਇਦ ਉਹਦੀ ਅਰਦਾਸ ਸੁਣੀ ਗਈ ਹੋਵੇ 20ਵੇਂ ਸਾਲ ਉਹਦਾ ਵਿਆਹ ਹੋ ਗਿਆ ਉਹਦਾ ਪੈਰ ਧਰਤੀ ਨਾਲ ਨਾ ਲੱਗੇ ਨਵੇਂ ਪਾਏ ਕੱਪੜਿਆਂ 'ਚੋਂ ਆਪਣੇ ਆਪ ਨੂੰ ਲਾਟਸਾਬ ਤੋਂ ਘੱਟ ਨੀਂ ਚੀ ਸਮਝ ਰਿਹਾ ਉਹਦੀ ਪਤਨੀ ਕਾਫੀ ਅਕਲਮੰਦ ਸੀ ਭਾਵੇਂ ਬਹੁਤੀ ਸੋਹਣੀ ਨਹੀਂ ਸੀ ਪਰ ਦੇਖਣ ਵਾਲੀ ਭੈੜੀ ਵੀ ਨਹੀਂ ਸੀ ਕਹਿ ਸਕਦੇ ਨਾਮ ਸੀ ਉਹਦਾ ਕਰਮੀ ਕਰਮੀ ਨੂੰ ਚਾਰੂ ਦਾ ਗੁਲਾਮ ਬਣ ਕੇ ਰਹਿਣਾ ਪਸੰਦ ਨਹੀਂ ਸੀ ਉਹ ਚਾਰੂ ਨੂੰ ਸਲਾਹ ਦਿੰਦੇ ਸੀ ਵੀ ਉਹ ਕਿਸੇ ਦੀ ਜ਼ਮੀਨ ਆਦਤੇ ਲੈ ਕੇ ਵਾ ਲਿਆ ਕਰੇ ਪਰ ਚਾਰੂ ਦੀ ਤਾਂ ਆਦਤ ਬਣ ਚੁੱਕੀ ਸੀ ਗੁਲਾਮੀ ਕਰਨੀ ਉਹ ਆਖਦਾ ਭਲੀਏ ਲੋਕੇ ਸਾਡੀਆਂ ਰਗਾਂ 'ਚ ਤਾਂ ਲਹੂ ਹੀ ਗੁਲਾਮਾਂ ਦਾ ਵਗਦਾ ਹੈ ਸਾਡੇ ਕਰਮਾਂ 'ਚ ਗੁਲਾਮੀ ਲਿਖੀ ਹੈ ਅਖੇ ਭੱਜਿਆ ਨੱਠਿਆ ਜਾ ਤੇ ਕਰਮਾਂ ਦਾ ਖੱਟਿਆ ਖਾ ਵਿਆਹ ਤੋਂ 2 ਸਾਲ ਮਗਰੋਂ ਚਾਰੂ ਦੇ ਘਰ ਕੁੜੀ ਨੇ ਜਨਮ ਲਿਆ ਕੁੜੀ ਦਾ ਰੰਗ ਤਾਂ ਸਾੰਮਲਾ ਹੀ ਸੀ ਪਰ ਸੁੰਦਰਤਾ ਦਾ ਅੰਤ ਨਹੀਂ ਸੀ ਜਿਹੜਾ ਵੇਖਦਾ ਸਲਾਇ ਬਿਨਾ ਨਾ ਰਹਿ ਸਕਦਾ ਚਾਰੂ ਨੇ ਆਪਣੀ ਚੰਨ ਵਰਗੀ ਧੀ ਦਾ ਨਾਂ ਚੰਨੀ ਰੱਖਿਆ ਚਾਰੂ ਦੀ ਦੂਜੀ ਸੰਤਾਨ ਮੁੰਡਾ ਸੀ ਮੁੰਡਾ ਕੀ ਜੰਮਿਆ ਚਾਰੂ ਦੇ ਘਰ ਖੁਸ਼ੀਆਂ ਦਾ ਖੜ ਆ ਗਿਆ ਜਿਹੜਾ ਆਉਂਦਾ ਚਾਰੂ ਨੂੰ ਵਧਾਈਆਂ ਦੇ ਕੇ ਜਾਂਦਾ ਮੁੰਡੇ ਦਾ ਨਾਂ ਰੁਲਦੂ ਸਿੰਘ ਰੱਖਿਆ ਗਿਆ ਕਰਮੀ ਵੀ ਪੁੱਤ ਨੂੰ ਲੋਰੀਆਂ ਦੇਣ ਲੱਗੀ ਬੱਸ ਨਾ ਕਰਦੇ ਮੈਂ ਆਪਣੇ ਪੁੱਤ ਨੂੰ ਡਿਪਟੀ ਬਣਾਉਂਗੀ ਵੱਡਾ ਅਫਸਰ ਬਣਾਉਂਗੀ ਬਾਪੂ ਤਾਂ ਹੋਇਆ ਗੁਲਾਮ ਮੇਰਾ ਪੁੱਤ ਡਿਪਟੀ ਸਮਾਂ ਬੀਤਦਾ ਗਿਆ ਬੱਚੇ ਵੱਡੇ ਹੁੰਦੇ ਗਏ ਕਰਮੀ ਨੂੰ ਆਪਣੇ ਸੁਪਨੇ ਅਸਲੀਅਤ ਹੁੰਦੇ ਜਾਪੇ ਰੁਲਦੂ 6 ਸਾਲ ਦਾ ਹੋ ਗਿਆ ਕਰਮੀ ਨੇ ਚਾਰੂ ਕੋਲੋਂ ਦੀ ਪੜ੍ਹਾਈ ਬਾਰੇ ਗੱਲ ਕੀਤੀ ਚਾਰੂ ਨੇ ਆਪਣੀ ਗਰੀਬੀ ਦਾ ਰੋਣਾ ਰੋਇਆ ਪਰ ਕਰਮੀ ਜਿੱਦ ਤੇ ਅੜੀ ਰਹੀ ਆਖਰ ਰੁਲਦੂ ਨੂੰ ਸਕੂਲ 'ਚ ਦਾਖਲ ਕਰਾ ਦਿੱਤਾ ਗਿਆ ਕਰਮੀ ਨੂੰ ਆਪਣੇ ਸੁਪਨੇ ਸਾਕਾਰ ਕਰਨ ਦਾ ਮੌਕਾ ਨਾ ਮਿਲਿਆ ਉਹਨੂੰ ਬੁਖਾਰ ਚੜ ਗਿਆ ਬੁਖਾਰ ਜਿਹਾ ਚੜਿਆ ਕਿ ਮਰਨ ਵੇਲੇ ਤੱਕ ਨਾ ਉਤਰਿਆ ਕਰਮੀ ਨੂੰ ਪੁੱਤਰ ਦੀ ਪੜ੍ਹਾਈ ਦਾ ਫਿਕਰ ਸੀ ਆਖਰੀ ਵਾਰ ਵੀ ਉਹ ਪਤੀ ਦੇ ਤਰਲੇ ਹੀ ਕਰਦੀ ਰਹੀ ਜੀ ਤੂੰ ਮੇਰੀ ਗੱਲ ਮੰਨ ਲਈ ਮੇਰੇ ਪੁੱਤ ਨੂੰ ਗੁਲਾਮ ਨਾ ਬਣਾਈ ਡਿਪਟੀ ਬਣਾਈ ਬਹੁਤ ਸਾਰਾ ਪੜ੍ਹਾ ਕੇ ਮੇਰੀ ਮਿਹਨਤ ਹੈ ਪਰ ਮੈਂ ਇੰਨਾ ਪੈਸਾ ਕਿੱਥੋਂ ਲਿਆऊं ਚਾਰੂ ਦੇ ਸਾਹਮਣੇ ਉਹਦੀ ਆਰਥਿਕ ਹਾਲਤ ਦਾਇੰਤ ਬਣ ਕੇ ਖੜੀ ਸੀ ਮੈਂ ਨਹੀਂ ਜਾਣਦੀ ਜਿੱਥੋਂ ਮਰਜੀ ਲਿਆਈ ਮੇਰੇ ਤੇ ਭਾਵੇਂ ਕੱਪੜਾ ਨਾ ਪਾਈ ਪਰ ਮੇਰੇ ਪੁੱਤ ਨੂੰ ਜ਼ਰੂਰ ਪੜਾਈਂ ਭਾਵੇਂ ਤੇਰੀ ਜਾਨ ਵਿਕ ਜੇ ਭਾਵੇਂ ਤੂੰ ਆਪਣਾ ਸਾਰਾ ਲਹੂ ਵੇਚਦੀ ਪਰ ਮੇਰੇ ਪੁੱਤਰ ਨੂੰ ਜ਼ਰੂਰ ਪੜਾਈਂ ਕਰਮੀ ਤਰਲੇ ਕਰਦੀ ਮਰ ਗਈ ਚਾਰੂ ਨੂੰ ਮਹਿਸੂਸ ਹੋਇਆ ਜਿਵੇਂ ਉਹਦੀ ਹਿੰਮਤ ਚਲੀ ਗਈ ਹੋਵੇ ਉਹਦੀ ਜਵਾਨੀ ਰੁੱਸ ਗਈ ਹੋਵੇ ਬੱਚਿਆਂ ਨੂੰ ਸੁੰਨਾ ਘਰ ਡਰਾਵਣਾ ਲੱਗਦਾ ਚਾਰੂ ਦੇ ਮੂੰਹ ਤੇ ਉਦਾਸੀ ਨੇ ਡੇਰੇ ਲਾ ਲਏ ਸਮਾ ਆਪਣੀ ਚਾਲੇ ਚੱਲਦਾ ਗਿਆ ਚਾਰੂ ਦੇ ਦਿਲ ਦੇ ਜ਼ਖਮਾਂ ਠਰਦੇ ਗਏ ਰੁਲਦੂ ਪੜਾਈ 'ਚ ਤੇਜ਼ ਨਿਕਲਿਆ ਉਹਨੇ ਪੰਜਵੀਂ ਚੰਗੇ ਨੰਬਰਾਂ ਨਾਲ ਪਾਸ ਕਰ ਲਈ ਤੇ ਪਿੰਡ ਦੇ ਹਾਈ ਸਕੂਲ 'ਚ ਦਾਖਲ ਹੋ ਗਿਆ ਭਾਵੇਂ ਫੀਸ ਮਾਫ ਹੋ ਜਾਂਦੀ ਸੀ ਤੇ ਵਜੀਫਾ ਵੀ ਮਿਲ ਜਾਂਦਾ ਸੀ ਫੇਰ ਵੀ ਚਾਰੂ ਨੂੰ ਮੁੰਡੇ ਦੀ ਪੜਾਈ ਇੱਕ ਬੋਝ ਜਾਪਦੀ ਅੰਗ ਦੂਸਰਾ ਚਾਰੂ ਘਰ ਪਹੁੰਚਿਆ ਤਾਂ ਚੰਨੀ ਚੌਂਕੇ 'ਚ ਬੈਠੀ ਰੋਟੀ ਦਾ ਹਰ ਕਰ ਰਹੀ ਸੀ ਚਾਰੂ ਨੇ ਵੇੜੇ 'ਚ ਪਈ ਹਲਾਣੀ ਮੰਜੀ ਤੇ ਬੈਠਦੇ ਆਪਨੀ ਮੈਲੀ ਪੱਗ ਸਿਰੋਂ ਲਾ ਕੇ ਮੂੰਹ ਪੁੰਝਿਆ। ਬਾਪੂ ਪਾਣੀ ਲਿਆ ਮਾਂ। ਚੰਨੀ ਧੂਏ ਤੋਂ ਬਚਣ ਲਈ ਅੱਖਾਂ ਮੀਚਦੀ ਬੋਲੀ। ਨਹੀਂ ਪੁੱਤ ਤੇ ਨਹੀਂ ਲੱਗੀ। ਚਾਰੂ ਨੇ ਲੰਬੇ ਪੈੰਦੇ ਆ ਕਿਹਾ। ਮੱਖਾ ਅੱਜ ਰੁੜਦੂ ਨਹੀਂ ਦੀਂਦਾ ਕਿੱਥੇ ਗਿਆ? ਜਾਣਾ ਕਿੱਥੇ ਆ ਬਾਪੂ? ਸਵੇਰ ਦਾ ਅੰਦਰ ਬੈਠਾ ਪੜੀ ਜਾਂਦਾ। ਸਵੇਰ ਦੀ ਪਿੱਟੀ ਜਾਂਦੀ ਆ ਵੀ ਬਿੰਦ ਚੱਟ ਉੱਠ ਕੇ ਤੁਰ ਫਿਰਲਾ। ਬੈਠੇ ਦੀਆਂ ਲੱਤਾਂ ਜੁੜ ਜਾਣਗੀਆਂ ਪਰ ਇਹਨੇ ਤਾਂ ਲੱਗਣਾ ਡਿਪਟੀ ਪੜ ਪੜ ਕੇ ਆਖੇ ਮੇਰਾ ਤਾਂ ਪੇਪਰ ਹੈ ਮੈਨੂੰ ਕੀ ਭਾਵੇਂ ਸਾਰੀ ਰਾਤ ਬੈਠਾ ਰਵੇ ਫਿਰ ਮੈਨੂੰ ਤਰਸ ਆ ਜਾਂਦਾ ਮੈਂ ਦੋ ਵਾਰ ਚਾਹ ਬਣਾ ਕੇ ਦਿੱਤੀ ਹੈ ਚੰਨੀ ਕੋ ਸਭ ਹੁੰਦੀ ਗਈ ਸਾਹ ਵੀ ਲੈ ਕਮਲਿਏ ਕਿਉਂ ਐਵੇਂ ਅੱਗ ਪਬੂਕਾ ਹੋਈ ਜਾਂਦੀ ਹੈ ਚਾਰੂ ਨੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਹੱਡ ਭਨ ਵੀ ਮਿਹਨਤ ਨੇ ਉਹਦਾ ਅੰਗ ਅੰਗ ਦੁਖਣ ਲੱਗਾ ਸੀ ਕੁਛ ਉਹਦੀ ਖਾਦੀ ਫੀਮ ਦਾ ਨਸ਼ਾ ਵੀ ਉੱਤਰ ਚੁੱਕਿਆ ਸੀ ਸਾਹ ਕੀ ਲਵਾਂ ਬਾਪੂ ਇਹਨੂੰ ਸਮਝਾਤਾ ਕੁਝ ਐਨਾ ਪੜ੍ਹ ਕੇ ਦਿਮਾਗ ਨਾ ਹਿੱਲੂ ਇਹਦਾ 16 ਵਰਿਆਂ ਦੀ ਅੱਲੜ ਚੰਨੀ ਦੇ ਮੂੰਹ ਤੇ ਆਇਆ ਗੁੱਸਾ ਉਹਦੇ ਸੁਹੱਪਣ 'ਚ ਹੋਰ ਵਾਧਾ ਕਰ ਰਿਹਾ ਸੀ ਰੁਲਦੂਆ ਓ ਪੁੱਤ ਰੁਲਦੂਆ ਬਾਹਰਾ ਮੇਰਾ ਸ਼ੇਰ ਚਾਰੂ ਨੇ ਉਹ ਵਾਸੇ ਲੈਂਦਿਆਂ ਪੁੱਤ ਨੂੰ ਬੁਲਾਇਆ ਬਾਪੂ ਤੂੰ ਵੀ ਇਹਦੀ ਵਾਰ ਕਰਾਉਣਾ ਜਾਂ ਮੈਂ ਨਹੀਂ ਤੇਰੇ ਨਾਲ ਬੋਲਣਾ ਰੂਲ ਦੂ ਗੁੱਸੇ ਨਾਲ ਭਰਿਆ ਬਾਹਰ ਨਿਕਲਿਆ ਉਹਦੇ ਰੋਣ ਹਾ ਕੇ ਮੂੰਹ ਤੋਂ ਪਤਾ ਲੱਗਦਾ ਸੀ ਕਿ ਉਹ ਸੱਚਮੁੱਚ ਹੀ ਪੜਾਈ 'ਚ ਲੀਨ ਹੋਣਾ ਚਾਹੁੰਦਾ ਸੀ ਨਾ ਬੋਲ ਮੈਂ ਕਿਹੜਾ ਤੈਥੋਂ ਟਿੰਡਾਂ ਲੈਣੀ ਐ ਚੰਨੀ ਨੇ ਮੂੰਹ ਵਟ ਲਿਆ ਨਾ ਪੁੱਤ ਲੜੋ ਨਾ ਰੂਲ ਦੂਆ ਤੁਰ ਫਿਰ ਲਬਿੰਦ ਫਿਰ ਪੜ ਫਿਰ ਪੜ ਲਈ ਤੁਰਨ ਫਿਰਨ ਨਾਲ ਦਿਮਾਗ ਹੌਲਾ ਹੋ ਜਾਂਦਾ ਜਾਂ ਇੱਕ ਪਾਣੀ ਦੀ ਬਾਲਟੀ ਲਿਆ ਮੈਂ ਨਾਲਵਾ ਬਾਪੂ ਇਹਨੂੰ ਆਖ ਫਿਰ ਮੈਨੂੰ ਟੋਕਿਆ ਨਾ ਕਰੇ ਰੁਲਦੂ ਨੂੰ ਆਪਣੀ ਭੈਣ ਤੇ ਗੁੱਸਾ ਸੀ ਉਹ ਨਹੀਂ ਟੋਕਦੀ ਜਾਂ ਤੂੰ ਬਾਪੂ ਨੇ ਦਲਾਸਾ ਦਿੰਦਿਆਂ ਕਿਹਾ ਰੁਲਦੂ ਕਹਿਰੀ ਅੱਖ ਚੰਨੀ ਵੱਲ ਝਾਕਦਾ ਸਵਾਦ ਬਾਲਟੀ ਚੁੱਕ ਲਿਆਇਆ ਟੋਕੂਗੀ ਚੰਨੀ ਹੌਲੀ ਜੀ ਬੋਲੀ ਪਰ ਰੁਲਦੂ ਨੂੰ ਸੁਣ ਗਿਆ ਉਹ ਦੰਦ ਪਿੰਦਾ ਸਾਰੇ ਘਰਾਂ ਦੇ ਸਾਂਝੇ ਨਲਕੇ ਤੋਂ ਪਾਣੀ ਲੈਣ ਤੁਰ ਪਿਆ ਚਾਰੂ ਦਾ ਮਕਾਨ ਕਾਫੀ ਪੁਰਾਣਾ ਬਣਿਆ ਹੋਇਆ ਸੀ ਚੰਨੀ ਘਰ ਨੂੰ ਲਿੰਪ ਪੋਚ ਕੇ ਰੱਖਦੀ ਜਿਸ ਕਾਰਨ ਪੁਰਾਣਾ ਘਰ ਵੀ ਆਪਣੀ ਉਮਰ ਲੰਮੀ ਕਰੀ ਜਾ ਰਿਹਾ ਸੀ ਘਰ ਬਹੁਤਾ ਵੱਡਾ ਨਹੀਂ ਸੀ ਪਰ ਉਹਨਾਂ ਦਾ ਗੁਜ਼ਾਰਾ ਚੰਗਾ ਹੋਈ ਜਾ ਰਿਹਾ ਸੀ ਇੱਕ ਵੱਡਾ ਕਮਰਾ ਉਹਦੇ ਮੂਹਰੇ ਨਾਲ ਲੱਗਵੀਂ ਸਬਾਤ ਜਿੱਤੋਂ ਰਸੋਈ ਦਾ ਕੰਮ ਵੀ ਲਿਆ ਜਾਂਦਾ ਸੀ ਤੇ ਛੱਤੀ ਹੋਈ ਜਗ੍ਹਾ ਜਿੰਨਾ ਹੀ ਵੇੜਾ ਬਾਕੀ ਬਚਦਾ ਸੀ ਸਬਾਤ ਦੇ ਮੂਹਰੇ ਚੌਂਕਾ ਬਣਿਆ ਸੀ ਕਮਰੇ ਦਾ ਮੂੰਹ ਚੜ੍ਹਦੇ ਵੱਲ ਤੇ ਮਕਾਨ ਦਾ ਬੂਹਾ ਦੱਖਣ ਵੱਲ ਖੁੱਲਦਾ ਸੀ ਚਾਰੂ ਦੇ ਆਸ-ਪਾਸ ਦੇ ਘਰ ਵੀ ਉਹਦੀ ਜਾਤ ਦੇ ਹੀ ਸੀ। ਇਸ ਕਰਕੇ ਪਿੰਡ 'ਚ ਇਹਨਾਂ ਘਰਾਂ ਨੂੰ ਮਜਬੀਆਂ ਦਾ ਵੇੜਾ ਕਹਿ ਕੇ ਸੱਦਿਆ ਜਾਂਦਾ ਸੀ। ਰੁੱਲਦੂ ਪਾਣੀ ਲੈ ਆਇਆ, ਵੇੜੇ ਦੀ ਇੱਕ ਨੁੱਕਰੇ ਥੋੜੀਆਂ ਜੀਆਂ ਛਿਟੀਆਂ ਪਈਆਂ ਸੀ। ਛਿਟੀਆਂ ਤੋਂ ਹਟ ਕੇ ਇੱਕ ਲੱਕੜ ਦਾ ਫੱਟਾ ਰੱਖਿਆ ਹੋਇਆ ਸੀ ਜੋ ਨਹਾਉਣ ਜਾਂ ਕੱਪੜੇ ਧੋਣ ਦੇ ਕੰਮ ਆਉਂਦਾ ਸੀ। ਵੇੜੇ ਦੇ ਅੰਨ ਵਿੱਚ ਘਰ ਇੱਕ ਡੇਕ ਖੜੀ ਸੀ। ਚਾਰੂ ਮੰਜੇ ਤੋਂ ਉੱਠਿਆ, ਦੁੱਖ ਦੇ ਹੱਡਾਂ ਨੂੰ ਹਿਲਾਉਂਦਿਆਂ ਉਹਨੂੰ ਕਸੀਸ ਵੱਟਣੀ ਪਈ। ਉਹ ਫੱਟੇ ਤੇ ਬੈਠ ਕੇ ਨਹਾਉਣ ਲੱਗ ਪਿਆ। ਨਹੋਂ ਦੇ ਚਾਰੂ ਦਾ ਧਿਆਨ ਮੰਜੇ ਤੇ ਬੈਠ ਚੁੱਕੇ ਰੁਲਦੂ ਵੱਲ ਗਿਆ ਜੋ ਚੰਨੀ ਨੂੰ ਘੂਰ ਰਿਹਾ ਸੀ ਰੁਲਦੂਆ ਪੁੱਤ ਜੇ ਮਹੀਨਾ ਵੀ ਨਹੀਂ ਹੋਇਆ ਜਮਾਤਾਂ ਚੜੀਆਂ ਨੂੰ ਤੇ ਹੁਣੇ ਪੇਪਰ ਕਦੇ ਹੋਣ ਲੱਗ ਪਏ ਚਾਰੂ ਨੂੰ ਜਿਵੇਂ ਅਚਾਨਕ ਖਿਆਲ ਆ ਗਿਆ ਹੋਵੇ ਉਹ ਆਪਣੇ ਬੱਚਿਆਂ ਨੂੰ ਹੱਦੋਂ ਵੱਧ ਪਿਆਰ ਕਰਦਾ ਸੀ ਮਾਂ ਦਾ ਪਿਆਰ ਵੀ ਇੱਕ ਬਾਪ ਪੂਰਾ ਕਰ ਰਿਹਾ ਸੀ ਪੈਸੇ ਉਹਨਾਂ ਦੇ ਆਣ ਗਵੰਡ ਦਿਨ ਰਾਤ ਝਗੜਾ ਚੱਲਦਾ ਸੀ ਪਰ ਚਾਰੂ ਨੇ ਆਪਣੇ ਬੱਚਿਆਂ ਨੂੰ ਗੁੱਸੇ ਹੋ ਕੇ ਨਹੀਂ ਸੀ ਦੇਖਿਆ ਬਾਪੂ ਮਾਸਟਰ ਕਹਿੰਦਾ ਹੁਣ ਹਰ ਮਹੀਨੇ ਟੈਸਟ ਲਿਆ ਕਰਾਂਗੇ ਸਗੋਂ ਚੰਗਾ ਹੀ ਐ ਨਾਲ ਦੀ ਨਾਲ ਤਿਆਰੀ ਹੋਈ ਜਾਊ ਨਾ ਦਸਵੀਂ ਤੋਂ ਮਗਰੋਂ ਤਾਂ ਫਿਰ ਵੱਡੀ ਪੜ੍ਹਾਈ ਹੁੰਦੀ ਹੋ ਹਾਂ ਬਾਪੂ ਤੇ ਉਹਦੇ ਤੇ ਖਰਚਾ ਵੀ ਬਾਲਾ ਆਉਂਦਾ ਹੋ ਚਾਰੂ ਨੂੰ ਆਪਣੀ ਗਰੀਬੀ ਦਾ ਖਿਆਲ ਸੀ ਬਾਪੂ ਮੇਰੀਆਂ ਤਾਂ ਫੀਸਾਂ ਮਾਫ ਹੋ ਜਾਣਗੀਆਂ ਵਜ਼ੀਫਾ ਨਾਲ ਮਿਲੂਗਾ ਤੇ ਨਾਲੇ ਬਾਪੂ ਜੇ ਐਤਕੀ ਮੈਂ ਪੰਜਾਬ ਚ ਫਸਟ ਆ ਜਾਵਾਂ ਤਾਂ ਮੋਜਾਂ ਹੀ ਲੱਗ ਜਾਣ ਰੁਲਦੂ ਦਾ ਚਿਹਰਾ ਖੇਲ ਉੱਠਿਆ ਬਾਪੂ ਨਾ ਲਿਆ ਤਾਂ ਰੋਟੀ ਪਾਵਾਂ ਕਿ ਖਾ ਆ ਚੰਨੀ ਨੇ ਪੁੱਛਿਆ ਪਹਿਲਾ ਬਿਸਤਰਾ ਵਿਛਾ ਦੇ ਪੁੱਤ ਅੱਜ ਤਾਂ ਥੱਕੇ ਵਾਂ ਹੀ ਬਲਾਹ ਹੋ ਗਿਆ ਅੱਜ ਸਰਦਾਰ ਸ਼ਹਿਰ ਗਿਆ ਸੀ ਤੇ ਮੈਂ ਵੀ ਆਖਿਆ ਰੋਟੀ ਘਰ ਜਾ ਕੇ ਖਾਉਂ ਚੰਨੀ ਨੇ ਰੋਟੀ ਪਕਾ ਲਈ ਸੀ ਉਹਨੇ ਤਿੰਨ ਮੰਜੇ ਢਾ ਕੇ ਵਿਛਾ ਦਿੱਤੇ ਗਰਮੀ ਕਾਫੀ ਵੱਧ ਚੁੱਕੀ ਸੀ ਜਿਸ ਕਰ ਨੂੰ ਵੇੜੇ ਵਿੱਚ ਹੀ ਸੌਂਦੇ ਚਾਰੂ ਨਹਾਉਣ ਤੋਂ ਮਗਰੋਂ ਮੰਜੇ ਤੇ ਬੈਠ ਗਿਆ ਤਾਂ ਚੰਨੀ ਨੇ ਰੋਟੀ ਵਾਲਾ ਥਾਲੂ ਸੱਗੇ ਲਿਆ ਤਰਿਆ ਚਾਰੂ ਰੋਟੀ ਖਾਣ ਲੱਗ ਪਿਆ ਚੰਨੀ ਨੇ ਰੁਲਦੂ ਨੂੰ ਵੀ ਰੋਟੀ ਪਾਤੀ ਰੁਲਦੂ ਰੋਟੀ ਖਾਂਦਾ ਚਾਰੂ ਅਚਾਨਕ ਬੋਲਿਆ ਹਾਂ ਬਾਪੂ ਪਹਲਾ ਡਿਪਟੀ ਕਿੰਨੀਆਂ ਜਮਾਤਾਂ ਪੜ ਕੇ ਲੱਗਦਾ ਹੈ ਬਾਪੂ ਡਿਪਟੀ ਬਣਨ ਵਾਸਤੇ ਤਾਂ ਬਹੁਤ ਪੜਨਾ ਪੈਂਦਾ ਹੈ ਅਸਲ 'ਚ ਰੁਲਦੂ ਨੂੰ ਆਪ ਵੀ ਅਜੇ ਇਸ ਬਾਰੇ ਗਿਆਨ ਨਹੀਂ ਸੀ ਬਾਪੂ ਤੂੰ ਸਰਦਾਰ ਕੋਲ ਉਹਦੇ ਮੁੰਡੇ ਦੀ ਸ਼ਿਕਾਇਤ ਨਹੀਂ ਕੀਤੀ ਨਾ ਪੁੱਤ ਆਪਾਂ ਦਾ ਨੂਨ ਖਾਣੇ ਆ ਆਪਾਂ ਉਹਨਾਂ ਦੇ ਵਿਰੁੱਧ ਨਹੀਂ ਬੋਲ ਸਕਦੇ ਤੁਹਾਨੂੰ ਦਾ ਨੂੰ ਨਾ ਖਾਇਆ ਕਰ ਬਾਪੂ ਮੁੰਡਾ ਤਾਂ ਮੇਰੇ ਨਾਲ ਲੜਦਾ ਰਹਿੰਦਾ ਕਹਿੰਦਾ ਜੀ ਐਤਕੀ ਤੂੰ ਮੈਥੋਂ ਵੱਧ ਨੰਬਰ ਲੈ ਤੇ ਮੈਂ ਤੈਨੂੰ ਵੱਢ ਦੇਵਾਂ ਕੋਈ ਨਾ ਪੁੱਤ ਤੂੰ ਉਹਦੇ ਨਾਲ ਨਾ ਲੜੀ ਉਹ ਜਾਣੇ ਤੂੰ ਦੋ ਨੰਬਰ ਘੱਟ ਲੈ ਲਈ ਚਾਰੂ ਦੀ ਇਸ ਗੱਲ ਤੇ ਰੁਲਦੂ ਨਿਰੁੱਤਰ ਹੋ ਗਿਆ ਰੋਟੀ ਖਾ ਕੇ ਚਾਰੂ ਸੌਂ ਗਿਆ ਰੁਲਦੂ ਨੇ ਆਪਣਾ ਲੈਂਪ ਜਗਾਇਆ ਤੇ ਅੰਦਰ ਬੈਠ ਕੇ ਪੜਨ ਲੱਗ ਪਿਆ ਵੀਰੇ ਚਾਹ ਬਣਾ ਕੇ ਦੇ ਮਾਂ ਚੰਨੀ ਅੰਦਰ ਆ ਕੇ ਬੋਲੀ ਸਰਦ ਹੈ ਰੁੱਲਦੂ ਮੱਥੇ ਵੱਟ ਪਾ ਕੇ ਬੋਲਿਆ ਬੋਲਣਾ ਨਹੀਂ ਮੇਰੇ ਨਾਲ ਨਹੀਂ ਬੋਲਣਾ ਘਾਤੋ ਨਹੀਂ ਤੂੰ ਤਾਂ ਮੇਰਾ ਚੰਗਾ ਵੀਰ ਹੈ ਮੈਂ ਤਾਂ ਆਪਣੇ ਵੀਰ ਨੂੰ ਵਧੀਆ ਜੀ ਚਾਹ ਬਣਾ ਕੇ ਦੇਉ ਬਹੁਤਾ ਦੁੱਧ ਪਾ ਕੇ ਛੋਟੇ ਦੇ ਸਿਰ ਅਰ ਗਈ ਚੰਨੀ ਲਾੜ ਨਾਲ ਬੋਲੀ ਉਹ ਮੈਂ ਨਹੀਂ ਪੀਣੀ ਚਾਚੂ ਤੇਰੀ ਮੇਰੀ ਆੜੀ ਟੁੱਟ ਜਦੋਂ ਤੂੰ ਡਿਪਟੀ ਲੱਗ ਗਿਆ ਤਾਂ ਮੈਂ ਇੱਕ ਵਧੀਆ ਜਿਹਾ ਸੂਟ ਲੈਣਾ ਤੇਥੋਂ ਬੜਾ ਚਿਤ ਕਰਦਾ ਮਿੱਠਿਆਂ ਚੋਲਾਂ ਨੂੰ ਉਹ ਮੇਰੇ ਨਾਲ ਲੜਦੀ ਰਹਿਣੀ ਹੈ ਚੰਗਾ ਹੁਣ ਨਹੀਂ ਲੜਦੀ ਬਸ ਲਿਆ ਮੈਨੂੰ ਆਪਦੀ ਕੋਈ ਮੂਰਤਾਂ ਵਾਲੀ ਕਿਤਾਬ ਦੇ ਦੇ ਮੈਂ ਤਾਂ ਆ ਪੜ੍ਹੂੰਗੀ ਹੂੰ ਪੜ੍ਹਨਾ ਵੀ ਆਉਂਦਾ ਤੂੰ ਸਿਖਾ ਦੇ ਚੱਲ ਰਹਿਣ ਦੇ ਸਾਡਾ ਵੀਰ ਜਿਉ ਹੈਗਾ ਪੜ੍ਹਨ ਨੂੰ ਮੈਂ ਤਾਂ ਆਪਦੇ ਵੀਰ ਨੂੰ ਚਾਹ ਬਣਾ ਕੇ ਦਿੰਨੀ ਆ ਰੁਲਦੂ ਨੇ ਚੰਨੀ ਦੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਚੰਨੀ ਉੱਠ ਕੇ ਚਾਹ ਬਣਾਉਣ ਚਲੀ ਗਈ ਧੰਨਵਾਦ ਚਲਦਾ